ਇੱਦਾਂ ਦਾ ਬਣਾਉਣ ਨੂੰ ਫਿਰਦਾ ਮੈਂ, ਆਹ ਚੀਜ਼ ਮੂਹਰੇ ਤੇ ਹਵੇਲੀ ਟਾਈਪ ਜਿਹਾ ਜਿੱਦਾਂ ਮੂਹਰੇ ਬਰਾਂਡਾ ਜਿਹਾ ਬਣ ਜਾਵੇ, ਇੱਦਾਂ ਮੂਹਰੇ ਕਮਰਾ। ਅੱਜ ਨਾ ਸਵੇਰ ਦਾ ਤਾਂ ਮੈਂ ਡਿਜ਼ਾਇਨ ਦੇਖਣ ਲੱਗਿਆ ਹਾਂ ਕਿੱਦਾਂ ਦੀ ਲੁੱਕ ਹੋਵੇ ਘਰ ਦੀ ਮੂਹਰੇ। ਆਹ ਵੀ ਵੈਸੇ ਸਿੰਪਲ ਜੀ ਲੁੱਕ, ਬਹੁਤ ਪਿਆਰੀ ਆ। ਜਿੱਥੇ ਹੁਣ ਮੈਂ ਖੜ੍ਹਾ ਇੱਥੇ ਆਪਾਂ ਨੇ ਪਾਉਣਾ ਹੁਣ ਮਕਾਨ, ਕੋਠੀ, ਹਵੇਲੀ, ਬਹੁਤ ਤਰ੍ਹਾਂ ਦੇ ਡਿਜ਼ਾਇਨ ਦੇਖ ਲਏ। ਜੇ ਤੁਹਾਡੇ 'ਚੋਂ ਨਾ ਕੋਈ ਵੀਡੀਓ ਦੇਖਦਾ, ਕੋਈ ਆਰਕੀਟੈਕਚਰ ਹੋਵੇ ਜਾਂ ਅੱਜ ਕੱਲ੍ਹ ਮਕਾਨਾਂ ਨੂੰ ਜਿਹੜੇ ਸਲਾਬ ਆ ਜਾਂਦੀ ਉਹਦਾ ਕੋਈ ਹੱਲ ਹੋਵੇ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ। ਜਾਂ ਕਿਸੇ ਨੇ ਨਵਾਂ ਘਰ ਬਣਾਇਆ ਹੋਵੇ ਉਹਦੇ ਘਰ 'ਚ ਹੁਣ ਤੱਕ ਸਿੱਲ ਨਾ ਆਈ ਹੋਵੇ, ਜਿਹੜੀ ਸਿੱਲ ਨਹੀਂ ਆ ਜਾਂਦੀ ਵੀ ਸੇਮ ਜੀ ਚੜ੍ਹ ਜਾਂਦੀ ਹੈ, ਉਹਦਾ ਕੋਈ ਹੱਲ ਮੈਂ ਲੱਭ ਰਿਹਾ, ਉਹਦਾ ਕੋਈ ਹੱਲ ਮਿਲ ਜਾਵੇ। ਜਿਹੜਾ ਹੁਣ ਸਾਰਾ ਮੇਰਾ ਘਰ ਦਾ ਆਹ ਪਿਆ ਹੋਇਆ ਇੱਧਰ ਆ ਜਿਹੜਾ ਦੇਖਦੇ ਤੁਸੀਂ, 80,000 'ਚ ਸੌਦਾ ਹੋਇਆ ਵੀ 80,000 'ਚ ਉਹਨਾਂ ਨੇ ਸਾਰਾ ਢਾ ਕੇ, ਅਤੇ ਨਿਊ ਵਾਲੀ ਜਿਹੜੀ ਇੱਟ ਇੱਥੇ ਆ ਜਿਹੜੀ ਇਹਦੇ। ਹੁਣ ਨਾ ਮੈਂ ਡਿਜ਼ਾਇਨ ਦੇਖ ਰਿਹਾ ਤਾਂ ਉਹ ਤੁਹਾਨੂੰ ਦਿਖਾਊਂਗਾ ਬਾਅਦ ਦੇ ਵਿੱਚ। ਉੱਪਰ ਤਾਂ ਲੈਂਟਰ ਪਿਆ ਹੋਇਆ ਆਪਣੇ, ਅਤੇ ਥੱਲੇ ਬਾਲੇ ਆ। ਆਹ ਦੋ ਕਮਰੇ ਆਪਾਂ ਨੇ ਇੱਧਰ ਛੱਡ ਲੈਣੇ, ਇਹ ਇੱਧਰ ਆਹ। ਇਹ ਘਰ ਅਸੀਂ 1990-91 'ਚ ਇਹ ਘਰ 'ਚ ਆ ਗਏ ਤੇ, ਅਤੇ 35-36 ਸਾਲ ਹੋ ਗਏ ਜਿਹੜੇ ਘਰ ਬਣਦੇ ਬਣਾਉਂਦੇ ਨੂੰ ਸਾਰੇ ਨੂੰ, ਇਹ ਘੱਟੋ ਘੱਟ ਯਾਦ ਨਹੀਂ ਇੱਥੇ ਭਾਰਤ ਪਿਆ ਹੋਇਆ ਵੀ ਤੁਸੀਂ ਮੰਨ ਕੇ ਚਲੋ ਬੰਦੇ ਥਾਣੇ ਭਾਰਤ ਪਿਆ ਹੋਇਆ। ਜਦ ਅਸੀਂ ਆਏ ਤਾਂ ਨਾ ਇਹ ਘੱਟੋ ਘੱਟ ਪਹਿਲਾਂ ਭਾਰਤ ਪਾ ਕੇ ਅਲੱਗ ਅਲੱਗ ਥਾਣ ਫਿਰ ਚੱਕਿਆ, ਫਿਰ 2 ਫੁੱਟ ਫਿਰ ਚੱਕਿਆ, ਫਿਰ ਆਹ ਭਾਰਤ ਪਾਇਆ ਇਹ ਆਹ ਇੱਧਰ ਆਹ। ਹਾਲੇ ਵੀ ਅਸੀਂ ਹੋਰ ਥੋੜ੍ਹਾ ਜਿਹਾ ਉੱਚਾ ਚੱਕ ਕੇ ਪਾਉਂਗੇ, ਜ਼ਿਆਦਾ ਨਹੀਂ, 1 ਫੁੱਟ ਕੁ ਹੋਰ ਉੱਚਾ ਚੱਕ ਕੇ ਪਾਉਂਗੇ ਜੇ ਪਾਇਆ ਇੱਥੇ ਮਕਾਨ ਹੈ ਸਾਨੂੰ, ਜ਼ਿਆਦਾ ਨਹੀਂ ਚੱਕਣਾ, 1 ਫੁੱਟ ਕੁ ਬਹੁਤ ਆ ਮੇਰੇ ਹਿਸਾਬ ਨਾਲ। ਕਿਉਂਕਿ ਜਿਹੜੀ ਉਹ ਪਹੀ ਹੈ ਨਾ ਉੱਧਰ ਸਾਹਮਣੇ, ਉਹ ਪਹੀ ਚੱਲਦੀ ਹੈ ਨਾ ਪਿੰਡ ਵਾਲੀ ਗਲੀ ਆ, ਉਹ ਬਰਾਬਰ ਹੈ ਵੀ ਜੇ ਹੋਰ ਥੋੜ੍ਹੀ ਉੱਚੀ ਹੁੰਦੀ ਪਾਣੀ ਇੱਧਰ ਨੂੰ ਨਾ ਆ ਜਾਵੇ ਕਿਤੇ, ਤਾਂ ਫਿਰ ਚੱਕਿਆ ਤਾਂ ਪਿੰਡ ਵਾਲਾ ਪਾਣੀ ਇੱਧਰ ਨੂੰ ਉਤਰਿਆ, ਉਤਰ ਨਾ ਆਵੇ ਇੱਥੇ, ਹੋਰ ਫੁੱਟ ਕੁ ਹੋਰ ਉੱਚਾ ਚੱਕਾਂਗੇ ਬਸ। ਬਸ ਹੁਣ ਹੱਦ ਆ ਇੱਕ ਵੀ ਕਿਆ ਕਹਿੰਦੇ ਹੁਣ ਹੱਦ ਹੋ ਗਈ, ਤਾਂ ਇਹਦੇ ਉੱਚੇ ਹੋਰ ਕੋਈ ਨਹੀਂ ਚੱਕ ਦੱਸ ਸਕਦਾ ਹੈਗਾ। ਹੁਣ ਟੋਭੇ ਦਾ ਜਿਹੜਾ ਪਿੰਡ ਵਾਲਾ ਟੋਭਾ ਉਹ ਤੋਂ ਬਹੁਤ ਉੱਚਾ ਹੋ ਗਿਆ। ਮੇਰੇ ਚੇਤੇ ਆ ਜਦੋਂ ਇਹ ਘਰ ਪਾਇਆ ਤਾਂ 1991 ਦੇ ਵਿੱਚ ਮੇਰੇ ਡੈਡੀ ਨੇ ਫਿਰ ਇੱਥੇ ਖੰਡ ਪਾਠ ਕਰਵਾਇਆ ਤਾ, ਅਤੇ ਇੱਥੇ ਤੁਸੀਂ ਦੇਖੇ ਹੋਣਾ ਪਹਿਲਾਂ ਕੰਧ ਹੁੰਦੀ ਸੀ, ਇੱਥੇ ਨੇਤਰ ਬਾਈ ਉਹਨਾਂ ਦਾ ਘਰ ਹੁੰਦਾ ਸੀ ਮੂਹਰੇ। ਆਹ ਛੱਡ ਲੈਣਾ, ਆਹ ਜਿਹੜਾ ਫਿਰ ਆਹ ਜਿਹੜਾ ਕਮਰਾ ਬਾਅਦ 'ਚ ਢਾਵਾਂਗੇ, ਫਿਰ ਆਹ ਇੱਧਰ ਲਾਹਾ, ਇਹਦੇ ਵਿੱਚ ਸਮਾਨ ਰੱਖਣਾ, ਇਹ ਕਮਰਾ ਵੀ ਢਾ ਦੇਣਾ ਫਿਰ, ਇਹਦੇ ਮੂਹਰੇ ਆਹ ਕਮਰਾ ਰੱਖ ਲੈਣਾ ਆਪਾਂ ਨੇ, ਇੱਕ ਆਹ ਰੱਖਾਂਗੇ ਇਕੱਲਾ, ਆਹ ਵੀ ਢਾ ਦੇਣਾ ਫਿਰ, ਉਹ ਲੈਂਟਰ ਉੱਪਰ ਤਾਂ ਰੱਖ ਲਾਂਗੇ, ਲੈਂਟਰ ਜਿਹੜੇ ਇੱਦਾਂ ਬੀਮ ਆ, ਬੀਮ ਪਾ ਕੇ ਛੱਡ ਲੈਂਗੇ ਨਾ ਇੱਥੇ, ਆਹ ਇੱਥੇ ਬੀਮ ਪਾ ਲਾਂਗੇ ਉਹਨੂੰ, ਵੀ ਉਹਨੂੰ ਕਹਿੰਦਾ ਬੀਮ ਪਾ ਕੇ ਛੱਡ ਦੇ ਇਹਨੂੰ, ਵੀ ਬਰਾਂਡਾ ਉਹ ਬਣ ਜੂਗਾ ਇਹ, ਕਿਆ ਕਹਿੰਦੇ ਹੁੰਦੇ ਬੈਠਣ ਬੁੱਠ, ਹੈ ਬਰਾਂਡਾ ਟਾਈਪ ਜਿਹਾ ਬਣ ਜੂਗਾ ਇਹ, ਇਹਨੂੰ ਹੋਰ ਥੋੜ੍ਹਾ ਛੋਟਾ ਕਰਕੇ ਪਾ ਲਾਂਗੇ, ਦੇਖ ਲਾਂਗੇ ਬਣਾ ਕਰਾਂਗੇ ਹੱਲ ਇਹਦਾ। ਜਾਂ ਜਿਹੜਾ ਵਿੱਚ ਲੈਂਟਰ ਪਾਇਆ ਹੋਇਆ ਨਾ, ਮੈਂ ਸੋਚਦਾ ਵੀ ਇੱਕ ਕਮਰਾ ਇਹ ਤਾਂ ਵੱਡਾ ਬਣਾ ਦੇ, ਥੋੜ੍ਹਾ ਰੂਮ ਛੋਟਾ ਇਹ, ਨਹੀਂ ਤਾਂ ਥੋੜ੍ਹੀ ਹੋਰ ਇੱਧਰ ਕਰਕੇ ਨਾ ਕੰਧ ਇੱਥੇ ਕਰਕੇ ਇਹ ਕਮਰਾ ਥੋੜ੍ਹਾ ਹੋਰ ਵੱਡਾ ਕਰਾਂਗੇ, ਇੱਦਾਂ ਕੋਈ ਸਲਾਹ ਮੇਰੀ ਇਹ। ਬਹੁਤ ਡਿਜ਼ਾਇਨ ਦੇਖੇ ਜਦੋਂ ਅਸੀਂ 90-91 'ਚ ਘਰ ਪਾਇਆ ਸੀ ਨਾ, ਉਸ ਟਾਈਮ ਨਾ ਬਾਲੇ ਤਾਂ ਪਾਏ ਦੇ ਨਹੀਂ ਲੈਂਟਰਾਂ ਦਾ, ਉਸ ਟਾਈਮ ਰਿਵਾਜ ਚੱਲ ਪਿਆ ਤਾ, ਇਹ ਸਾਡੇ ਨਾ ਇੱਥੇ ਸੇਮ ਬਹੁਤ ਹੀ ਧਰਤੀ ਦੇ ਵਿੱਚ, ਜਿਸ ਧਰਤੀ ਵਿੱਚ ਸੇਮ, ਜੇ ਤੁਸੀਂ ਨਾ ਇੱਥੇ 2 ਜਾਂ 3 ਫੁੱਟ ਪਾਣੀ ਪੱਟ ਲੈਂਦੇ ਧਰਤੀ 'ਚੋਂ ਪਾਣੀ ਨਿਕਲਿਆ ਹੁੰਦਾ ਤਾ, ਹੁਣ ਤਾਂ ਸੇਮ ਚਲੋ ਪਾਣੀ ਬਹੁਤ ਥੱਲੇ ਚਲੀ ਗਏ ਪਰ ਫਿਰ ਵੀ ਇਹਨਾਂ ਬਰਸਾਤ ਵਾਲਿਆਂ ਦਿਨਾਂ ਦੇ ਵਿੱਚ ਨਾ ਬਹੁਤ ਹੋ ਜਾਂਦਾ। ਪੁਰਾਣੀਆਂ ਸਾਡੀਆਂ ਫੋਟੋਆਂ ਲੱਗੀਆਂ ਹੋਈਆਂ ਆਹ, ਹੌਲੀ ਹੌਲੀ ਵਿੱਚ ਹੁਣ ਇੱਕ ਅੱਧੇ ਦਿਨ 'ਚ ਆ ਗਏ, ਅੱਜ ਬੰਦੇ ਸਵੇਰੇ ਆ ਲਏ ਮੇਰੇ ਕੋਲ ਸਾਰਾ ਢਾ ਕੇ, ਕੱਲ੍ਹ ਉੱਪਰੋਂ ਚੁਆਰਾ ਢਾਉਣਗੇ, ਉਹਦੇ ਇੱਥੇ ਨੀਵਾਂ ਭਰ ਹੋਣਗੀਆਂ। ਅਸੀਂ ਅੱਜ ਮੈਂ ਇੱਕ ਬੰਦਾ ਹੋਰ ਆਰਕੀਟੈਕਚਰ ਨਾਲ ਗੱਲਬਾਤ ਕਰ ਰਿਹਾ ਸੀ, ਉਹਨੇ ਮੈਨੂੰ 1-2 ਡਿਜ਼ਾਇਨ ਭੇਜੇ ਵੀ ਉਹ ਤੁਹਾਨੂੰ ਦਿਖਾਉਂਦਾ ਮੈਂ, ਅਤੇ ਇੱਕ ਬੰਤ ਬਾਈ ਕੋਲ ਵੀ ਹੈਗਾ, ਉਹ ਵੀ ਮੈਨੂੰ ਦੱਸਦਾ ਸੀ ਕਿ ਕਾਫੀ ਬੰਦਾ, ਜੇ ਤੁਹਾਡੇ 'ਚ ਵੀ ਕੋਈ ਹੋਵੇ ਵੀ ਮੈਂ ਬਣਾਉਣਾ ਚਾਹੁੰਦਾ, ਜਿੱਦਾਂ ਇੱਕ ਮੈਂ ਚੀਜ਼ ਵੀਡੀਓ ਦੇਖੀ ਹੁਣ ਮੈਂ, ਉਹ ਚੀਜ਼ ਮੇਰੇ ਹੁਣ ਬਹੁਤ ਪਸੰਦ ਆਈ ਹੈ। ਮੂਹਰੇ ਤਾਂ ਹਵੇਲੀ ਟਾਈਪ ਤੁਹਾਨੂੰ ਦਿਖਾਵਾਂ, ਮੈਂ ਦਿਖਾਵਾਂ ਬੜੀ ਕੱਢੀ ਵੀਡੀਓ ਦਿਖਾਉਂਦਾ ਤੁਹਾਨੂੰ, ਜੇ ਤੁਹਾਨੂੰ ਪਸੰਦ ਬਣਾਵਾਂ ਇੱਦਾਂ ਦਾ, ਜਾਂ ਤੁਸੀਂ ਮੈਨੂੰ ਭੇਜੋ ਇੰਸਟਾਗ੍ਰਾਮ ਪਰ ਜਾਂ ਫੇਸਬੁੱਕ ਉੱਪਰ ਵੀ ਕਿੱਦਾਂ ਦਾ ਬਣੇ, ਕਿ ਤੁਸੀਂ ਵੀ ਮੇਰੇ ਨਾਲ ਜੁੜੇ ਹੋਏ ਆ, 5-6 ਸਾਲ ਹੋ ਤੁਸੀਂ ਮੇਰੇ ਨਾਲ, ਤੁਸੀਂ ਬੜਾ ਪ੍ਰੇਮ ਦਿੰਦੇ ਆ ਵੀ ਹੌਲੀ ਹੌਲੀ ਬਣਾਈਏ ਇੱਕ ਛੋਟਾ ਜਿਹਾ ਘਰ, ਫਿਰ ਆਪਾਂ ਵੀ ਬਹੁਤ ਟਾਈਮ ਹੋ ਗਿਆ ਹੁਣ।
ਸਲਾਹ ਵਾਤਣਾ ਬਣਾਵਾਂਗੇ ਕਿੱਦਾਂ ਕਿਹੜਾ ਐਡਾ ਉਹ ਵੀ ਨਹੀਂ ਹੈ ਵੀ ਹੱਲੜ ਹੁੱਲੜ ਜੇ ਕਰ ਦੇਣਾ ਵੀ ਉੱਧਰ ਪਾ ਤਾ ਉੱਧਰ ਪਾ ਦੇਣਾ ਐਨ ਘੈਂਟ ਜਿਹਾ ਪਾਵਾਂਗੇ ਉਹ ਪਰਲੇ ਪਾਸੇ ਉਹ ਜਿਹੜੀ ਜਿਹੜੀ ਜਿੱਥੇ ਥਾਰ ਕੱਢਦੀ ਆ ਉਹ ਟੀਨਾਂ ਇੱਥੇ ਆ ਜਾਣਗੀਆਂ ਇਹਨੂੰ ਫਿਊਚਰ ਕਿਤੇ ਮੱਝਾਂ ਰੱਖਣੀਆਂ ਪਈਆਂ ਫਿਰ ਇੱਧਰ ਆਪਣੇ ਡੰਗਰਾਂ ਦਾ ਇੱਥੇ ਮੱਝਾਂ ਦਾ ਹੁੱਡ ਬਣ ਜੂਗਾ ਇੱਥੇ ਆਪਣੀ ਮਸ਼ੀਨ ਆ ਜੂਗੀ ਇਹ ਸਾਡੇ ਮੱਝਾਂ ਆ ਜਾਣਗੀਆਂ ਇੱਥੇ ਬਣ ਗਿਆ ਆਹ ਸਾਡਾ ਬਣ ਜੂਗਾ ਐਨ ਸਾਡੇ ਪਾਸੇ ਫਿਰ ਖੁੱਲ੍ਹਾ ਰੱਖਣਾ ਇੱਧਰ ਨੂੰ ਹਾਂ ਸਾਰੇ ਮੈਂ ਤੈਨੂੰ ਪੂਰੇ ਪਾਰਕ ਵਗੈਰਾ ਬਣੂ ਜਗ੍ਹਾ ਬਣਿਆ ਚੌਕਸ ਜਗ੍ਹਾ ਬਹੁਤ ਵਧੀਆ ਬਣੂਗਾ ਆਪਣਾ ਇੱਥੇ ਹੁਣ ਤੁਹਾਨੂੰ ਦਿਖਾਉਂਦਾ ਜਿਹੜੇ ਡਿਜ਼ਾਇਨ ਇੱਕ ਵਾਰ ਕਈ ਵਾਰ ਇੱਦਾਂ ਹੋ ਜਾਂਦਾ ਜਿਹੜੀ ਹੁਣ ਮੈਂ ਵੀਡੀਓ ਦੇਖਦਾ ਘੱਟ 3-4 ਦਿਨ ਹੋ ਗਏ ਮੈਂ ਵੀਡੀਓ ਦੇਖਦੇ ਨੂੰ ਮੈਨੂੰ ਉੱਦਾਂ ਦੀ ਵੀਡੀਓ ਆਈ ਜਾਂਦੀ ਹੈ ਉਹ ਇੱਦਾਂ ਪਿੱਛੇ ਤੇ ਹੁਣ ਦੁਬਾਰਾ ਸ਼ੁਰੂ ਹੋਣ ਦੀ ਵੀਡੀਓ ਇੱਦਾਂ ਦਾ ਬਣਾਉਣ ਨੂੰ ਫਿਰਦਾ ਮੈਂ ਆਹ ਚੀਜ਼ ਮੂਹਰੇ ਦੇ ਹਵੇਲੀ ਟਾਈਪ ਜਿਹਾ ਜਿੱਦਾਂ ਮੂਹਰੇ ਬਰੈਂਡਾ ਜਿਹਾ ਬਣ ਜਾਵੇ ਇੱਦਾਂ ਮੂਹਰੇ ਆਹ ਕਮਰਾ ਬਣ ਜਾਵੇ ਆਹ ਡਿਜ਼ਾਇਨ ਤੁਸੀਂ ਦੇਖੋ ਮੈਨੂੰ ਤਾਂ ਬਹੁਤ ਪਸੰਦ ਲੱਗਿਆ ਜਿੱਦਾਂ ਝੌਂਪੜੀ ਟਾਈਪ ਜਿਹਾ ਪਿਛਲੀ ਪਾਸੇ ਇਹ ਜਗ੍ਹਾ ਪਰ ਇੱਥੇ ਸਾਹਮਣੇ ਦੇ ਆਹੀ ਕਲਰ ਹੋ ਗਿਆ ਆਪਣਾ ਵੀ ਇੱਥੇ ਬਣਾਈਏ ਆਪਾਂ ਸਾਹਮਣੇ ਹੋਰ ਵੀ ਕੱਢਿਆ ਪੈਸੇ ਮੈਂ ਦਿਖਾਉਂਦਾ ਤੁਹਾਨੂੰ ਮੈਂ ਅੱਜ ਨਾ ਸਵੇਰ ਦਾ ਤਾਂ ਮੈਂ ਅਸੀਂ ਡਿਜ਼ਾਇਨ ਦੇਖਣ ਲੱਗਿਆ ਹਾਂ ਵੀ ਕਿੱਦਾਂ ਦੀ ਲੁੱਕ ਹੋਵੇ ਘਰ ਦੀ ਮੂਹਰੇ ਆਹ ਵੀ ਵੈਸੇ ਸਿੰਪਲ ਜਿਹੀ ਲੁੱਕ ਬਹੁਤ ਪਿਆਰੀ ਆ ਆਹ ਵੀ ਬਹੁਤ ਪਿਆਰੀ ਹੈ ਵੈਸੇ ਮੈਂ ਬਣਾਉਣਾ ਸਿੰਗਲ ਸਟੋਰੀ ਐਡਾ ਉਹ ਨਹੀਂ ਬਣਾਉਣਾ ਹੈਗਾ ਵੀ ਕਿਆ ਕਹਿੰਦੇ ਹੁੰਦੇ ਆ ਡਬਲ ਨਹੀਂ ਬਣਾਉਣਾ ਚੌਰਾ ਚੂਰਾ ਨਹੀਂ ਬਣਾਉਣਾ ਹੈਗਾ ਉੱਪਰ ਬਣਾਉਣਾ ਸਿੰਗਲ ਸਟੋਰੀ ਉਹ ਹੈ ਮੈਂ ਕੱਢਦਾ ਹੋਰ ਦੇਖਦੇ ਕੋਈ ਬਹੁਤ ਬਣੇ ਆਇਆ ਵਿੱਚ ਕਈ ਵਾਰ ਇੱਦਾਂ ਜੀ ਕਰਦੇ ਤਾਂ ਝੋਪੜੀ ਟਾਈਪ ਜਿਹਾ ਬਣਾਵਾਂ ਹੈ ਆਹ ਵੀ ਘੈਂਟ ਲੁੱਕ ਜੀ ਬਣ ਜੂਗੀ ਐਨ ਸਾਹਮਣੇ ਤੇ ਦੇਖਣ ਨੂੰ ਜਾਂ ਫਿਰ ਇੱਕ ਆਹ ਡਿਜ਼ਾਇਨ ਮੇਰੇ ਬਹੁਤ ਪਸੰਦ ਆਇਆ ਅਤੇ ਆਹ ਚੀਜ਼ ਮੇਰੇ ਬਹੁਤ ਪਸੰਦ ਆਈ ਆਹ ਪੌੜੀ ਵਾਲਾ ਹੋਜੂਗਾ ਜੀ ਉੱਪਰ ਕਮਰਾ ਜਿਹਨੂੰ ਪੌੜੀ ਬਾਹਰ ਜਾਣੀ ਨਿਕਲਣੀ ਹੈ ਠੀਕ ਹੈ ਜੀ ਆਹ ਮੂਹਰੇ ਕਮਰਾ ਹੋਜੂਗਾ ਇੱਧਰ ਹੋਜੂਗਾ ਇੱਧਰ ਹੋਜੂਗਾ ਇਹ ਵੀ ਘੈਂਟ ਲੁੱਕ ਇਹਦੀ ਵੀ ਇਹ ਮੈਂ ਸਿੰਪਲ ਤੋਂ ਸਿੰਪਲ ਜਿਹਾ ਮੂਹਰੇ ਟਾਇਲ ਜੀ ਲਾ ਕੇ ਆਹ ਹੋਰ ਦੇਖਦੇ ਹਾਂ ਉਹਦੀ ਝੌਂਪੜੀ ਟਾਈਪ ਬਹੁਤ ਸੋਹਣਾ ਬਣਾਇਆ ਦੇਖੋ ਬਾਹਰ ਲੈ ਮੰਗੋ ਹੋਰ 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 ਆਹ ਤਾਂ ਨਹੀਂ ਉਹਦਾ ਜ਼ਿਆਦਾ ਸਿੰਪਲ ਜਾ ਜਾਂਦਾ ਉਹ ਜ਼ਿਆਦਾ ਹਾਈ ਫਾਈ ਬਣ ਜਾਂਦਾ ਫਿਰ ਗਾਹਾਂ ਆਹ ਵੀ ਠੀਕ ਹੈ ਜੀ ਆਹ ਦੇਖੋ ਹਾਂ ਬੜਾ ਗਲਦਾ ਗੁੰਡਦਾ ਅਰੇ ਕਿੰਨਾ ਸੋਹਣਾ ਉਹ ਵੀ ਬਣਿਆ ਹੋਇਆ ਉੱਪਰ ਪੌੜੀ ਵਾਲਾ ਬਣ ਜਾਊਗਾ ਹਰ ਚੀਜ਼ ਬਣ ਗਈ ਮਿਸਤਰੀ ਨਾਲ ਵੀ ਮੇਰੀ ਗੱਲਬਾਤ ਹੋ ਲਈ ਮਿਸਤਰੀ ਮੰਗ ਰਿਹਾ 150 ਰੁਪਏ ਸਕੇਅਰ ਫੁੱਟ ਉੱਪਰ ਛੱਤ ਮਿਣਦੇ ਹੁੰਦੇ ਕਹਿੰਦੇ ਹੁਣ ਮੈਂ ਇੱਥੇ ਮੜਾ ਫੀਤਾ ਜਿਹਾ ਮਾਰ ਕੇ ਦੇਖਾਂ ਵੀ ਕਿੰਨਾ ਸਕੇਅਰ ਫੁੱਟ ਬਣਦਾ ਏਰੀਆ ਇਹ ਵੀ ਕਿੰਨੇ ਕੁ ਪੈਸੇ ਬਣ ਜਾਣਗੇ ਮਿਸਤਰੀ ਦੇ ਉਹ ਵਿੱਚ ਉਹਨਾਂ ਚੁਣਾਈ ਲਪਾਈ ਜਿਹੜਾ ਹੁੰਦੀ ਆ ਮਿਸਤਰੀ ਕਰਦੇ ਹੁੰਦੇ ਆ ਨਿਊ ਭਰ ਕੇ ਉੱਪਰ ਚੱਕਣਾ ਜਿਹੜਾ ਉਹ ਸਾਹਮਣੇ ਮਕਾਨ ਬਣਿਆ ਹੋਇਆ ਜਿਹੜਾ ਬਣਿਆ ਇੱਥੇ ਆਹ ਇਹ ਮਿਸਤਰੀ ਆਇਆ ਤਾ ਮੇਰੇ ਕੋਲ ਬਹੁਤ ਸੋਹਣਾ ਐਂ ਤਾਂ ਬਣਾਇਆ ਉਹਨੇ ਬਸ ਬਹੁਤ ਵਧੀਆ ਮੂਹਰੇ ਤਾਂ ਡਿਜ਼ਾਇਨਿੰਗ ਬਣੀ ਹੋਈ ਮਕਾਨ ਦੀ ਇਹ ਮਿਸਤਰੀ ਆਇਆ ਤਾ ਮੇਰੇ ਕੋਲ ਆਪ ਵੀ ਆਰਕੀਟੈਕਚਰ ਬਣਦੇ ਤੇ ਆਪ ਹੀ ਮਕਾਨ ਦਾ ਨਕਸ਼ਾ ਬਣਾਉਂਦੇ ਵੀ ਇੱਧਰ ਨੂੰ ਐਂ ਕਰ ਲੈਂਦੇ ਐਂ ਕਰ ਲੈਂਦੇ ਆ ਐਂ ਕਰ ਲੈਂਦੇ ਆ ਕੁਝ ਚੀਜ਼ਾਂ ਵਿੱਚ ਫਿੱਟ ਨਹੀਂ ਹੋ ਰਹੀਆਂ ਹੈਗੀਆਂ ਪੌੜੀ ਕਿੱਧਰ ਨੂੰ ਕੱਢਾਂਗੇ ਬਾਥਰੂਮ ਕਿੱਥੇ ਜਾਊਗਾ ਬਾਥਰੂਮ ਜਿਹੜਾ ਟੈਂਕ ਕਿੱਥੇ ਪੱਟ ਹੋਊਗਾ ਉਹ ਟੋਏ ਕਿੱਥੇ ਪੱਟੋਗੇ ਸਾਈਡ ਪਰ ਵੀ ਆ ਸਕਦੇ ਆ ਸਾਈਡ ਪਰ ਬਣਾ ਕੇ ਉੱਥੇ ਵੀ ਬਾਥਰੂਮ ਬਣਾ ਦਾਂਗੇ ਬਾਹਰ ਵੀ ਬਾਹਰ ਵੀ ਬਾਥਰੂਮ ਬਣਾ ਦਾਂਗੇ ਕਈ ਵਾਰ ਕੋਈ ਬੰਦੇ ਬਾਹਰ ਆਏ ਹੁੰਦੇ ਪਰ ਉਸ ਅੰਦਰ ਰੂਮ 'ਚ ਨਾ ਜਾਵੇ ਬਸ ਬਾਹਰੇ ਬਾਹਰ ਆਪਣਾ ਕਿਰਿਆ ਕਰੇ ਬਾਹਰੇ ਬਾਹਰੇ ਬਾਸ ਵਜਾਵੇ ਠੀਕ ਨਹੀਂ
ਜਾਂ ਨਹੀਂ ਆਹ ਛੜਾਏ ਲਵਾਂਗੇ ਨੇ ਦੇਖਦੇ ਇਹਦੇ ਬਾਰੇ ਵੀ ਕਰਾਂਗੇ ਪਲੈਨ ਬਾਅਦ ਚ ਦੇਖਾਂਗੇ ਇੱਥੇ ਨਲਕਾ ਨਲਕਾ ਦਾ ਵੀ ਪੱਟਣਾ ਪੈਣਾ ਨਲਕਾ ਤਾਂ ਪੱਟਣਾ ਪੈਣਾ ਨਲਕਾ ਯਾਦ ਕਰ ਮੈਂ ਰੱਖਣਾ ਚਾਹੁੰਦਾ ਇਹ ਦੇਖ ਲਾਂਗੇ ਹਾਲੇ ਪੱਟਾਂ ਪੱਟਾਂਗੇ ਸੋਚਾਂਗੇ ਇਹਦੇ ਬਾਅਦ ਵਿੱਚ ਇਹ ਚਾਲੂ ਕਰਾਉਣਾ ਇਸ ਸਾਲ ਘਰ 'ਚ ਬਣਾਉਂਦੇ ਆ ਪਲੇ ਪਲੇ ਚੌਲ ਮਕਾਨ ਮਕੂਨ ਤਾਂ ਬਣਦੇ ਰਹਿਣੇ ਆ ਕੰਮ ਵੀ ਕਰਨੇ ਪੈਣੇ ਆ ਮੈਂ ਲੋਕ ਪਾਇਆ ਵਿੱਚ ਇੱਕ ਬਾਏਬਾਦੀ ਤੋਂ ਘੀਆ ਦਾ ਇਹ ਰੌਲਾ ਕੱਲ੍ਹ ਮੇਰੀ ਘੀਆ ਚੋਰੀ ਹੋ ਗਈ ਮੋਟਰ ਪਰ ਕੱਲ੍ਹ ਕੁ ਪਰਸੋਂ ਅਤੇ ਅੱਜ ਦੇ ਲੈ ਘੀਆ ਵਾਲੇ ਚੌਲ ਬਣਾਉਂਗੇ ਫਿਰ ਮੈਂ ਘੀਆ ਚਾਵਲ ਲੈ ਵੀ ਆਲੂ ਵੀ ਦੇ ਦਿਓ ਧੋਣੇ ਧੋ ਦਿਓ ਫਿਰ ਮੈਂ ਹੈਗਾ ਗਿਆ ਕਾਲਜ ਤੋਂ ਚੌਲ ਵੀ ਗਏ ਨੇ ਆਪਣੇ ਬਣ ਐਨ ਪੂਰੀ ਟਾਈਮਿੰਗ ਜੀ ਰੱਖਦੇ ਹੁੰਦੇ ਆ ਵੀ ਗਰਮ ਗਰਮ ਹੀ ਖਾਊਗਾ ਲੈ ਆਪਣੇ ਚੌਲ ਪਾਓ ਫਿਰ ਲਾ ਦੋ ਜੀ ਦਰਵਾਜ਼ਾ ਕਿਆ ਬਾਤ ਆ ਬਈ ਚੌਲਾਂ ਦੇ ਵਿੱਚ ਖੁਸ਼ਬੂ ਘੀਆ ਦੀ ਖੁਸ਼ਬੂ ਆਲੂਆਂ ਦੀ ਖੁਸ਼ਬੂ ਮਿਕਸ ਹੋ ਕੇ ਆ ਰਹੀ ਵਿੱਚ ਤੇ ਬਈ ਬਹੁਤ ਸਵਾਦ ਵੀ ਲੱਗਿਆ ਹੋਇਆ ਇਹਨੇ ਵੀ ਇੱਕ ਡਿਜ਼ਾਇਨ ਲੈ ਕੇ ਤੁਹਾਨੂੰ ਦਿਖਾਉਂਦਾ ਮੈਂ ਵੀ ਕਿੱਦਾਂ ਇਹਨੇ ਸਾਰਾ ਡਿਜ਼ਾਇਨ ਕਰਿਆ ਵੈਸੇ ਮੈਨੂੰ ਇਹ ਵੀ ਵਧੀਆ ਲੱਗਿਆ ਮੈਨੂੰ ਅਤੇ ਬਾਹਰ ਜਾ ਕੇ ਸੁਣਾਉਂਦਾ ਤੁਹਾਨੂੰ ਮੈਂ ਫਿਰ ਜ਼ਿਆਦਾ ਜੋ ਨੌਰਥ ਈਸਟ ਸਾਰਾ ਕੁਝ ਦੱਸਤਾ ਜਿੱਦਾਂ ਹੁਣ ਮੈਂ ਤੁਹਾਨੂੰ ਇੱਥੇ ਸਮਝਾਉਂਦਾ ਆਹ ਦੋਨੇ ਕਮਰੇ ਵਿੱਚ ਕਵਰ ਕਰ ਲਏ ਇਹ ਵੀ ਵਿੱਚ ਜੋੜ ਦੇਣੇ ਦਿਖਾਉਂਦਾ ਸਮਝਾਉਂਦਾ ਤੁਹਾਨੂੰ ਆਹ ਡਿਜ਼ਾਇਨ ਹੈ ਜਿਹੜਾ ਬਣਾਇਆ ਯਾਨੀ ਕਿ ਇਹ ਸਾਨੂੰ ਸਾਡੇ ਨੌਰਥ ਹੈ ਉੱਧਰ ਨੂੰ ਸਾਊਥ ਹੈ ਜਿਹੜੀ ਸਾਡੇ ਸੂਰ ਚੜ੍ਹਦਾ ਸਾਊਥ ਅਤੇ ਨੌਰਥ ਈਸਟ ਅਤੇ ਵੈਸਟ ਐਂ ਦੇ ਬਣੇ ਐਂ ਚੌਰਸ ਬਣ ਜਾਣਾ ਇਹ ਵੀ ਇੱਥੇ ਨੂੰ ਆਹ ਸਾਹਮਣੇ ਐਂਟਰੀ ਹੋ ਗਈ ਆਹ ਜਿੱਦਾਂ ਸਾਹਮਣੇ ਦਿਖਾਇਆ ਹਰ ਚੀਜ਼ ਵੀ ਇੱਥੇ ਨੂੰ ਉੱਥੇ ਨੂੰ ਸਾਹਮਣੇ ਐਂਟਰੀ ਹੋ ਗਈ ਇੱਥੇ ਇੱਕ ਬੈਡਰੂਮ ਆਹ ਆ ਗਿਆ ਇੱਥੇ ਕਿਚਨ ਕਿਚਨ ਇਹ ਸਾਡਾ ਗਿਆ ਖੁੰਜੇ ਵਿੱਚ ਉੱਥੇ ਮੈਨੂੰ ਕਿਚਨ ਸੈੱਟ ਨਹੀਂ ਬੈਠਦੀ ਕਿਧਰੇ ਪਾਸੇ ਨੂੰ ਚਲੋ ਦੇਖਦੇ ਇੱਧਰ ਕਿਚਨ ਫਿਰ ਅੱਗੇ ਕਰਨਾ ਬੈਡਰੂਮ ਪਿੱਛੇ ਇਹ ਕਿਚਨ ਮੈਂ ਕਿਚਨ ਇੱਧਰ ਮੂਹਰੋਂ ਕਰ ਬਸ ਹਾਂ ਤੇ ਆਹ ਠੀਕ ਹੈ ਜਿਹੜੀ ਆਹ ਇਹਨੇ ਕਮਰ ਇੱਧਰ ਸਿੱਧੇ ਸਿੱਧਾ ਕਵਰ ਕਰ ਲਿਆ ਉੱਥੇ ਤੇ ਉਹ ਨਾਲੇ ਜੋੜ ਦੇਣੇ ਵੀ ਨਾਲੇ ਕਮਰੇ ਆ ਵੀ ਦੋ ਕਮਰੇ ਆਹ ਬਣ ਜਾਣਗੇ ਵੀ ਇੱਥੇ ਆਹ ਅਸੀਂ ਸਟੋਰ ਰੂਮ ਬਣਾ ਲਏ ਇਹਨੂੰ ਇੱਕ ਨੰਬਰ ਆ ਇੱਧਰ ਬੈਡ ਜਿਹੜਾ ਵੀ ਆਇਆ ਗਿਆ ਬਾਹਰੇ ਬਾਹਰ ਠੀਕ ਹੈ ਜੀ ਮੈਂ ਸਿੱਧਾ ਸਿੱਧਾ ਜੁੜ ਜਾਣਾ ਇਹ ਅਤੇ ਆਹ ਮਾਸਟਰ ਬੈਡਰੂਮ ਜਿਹੜਾ ਉਹ ਖੁੰਜੇ ਚਲੀ ਜਾਣਾ ਹੈ ਹਾਂ ਇੱਥੇ ਡਾਇਨਿੰਗ ਆ ਗਿਆ ਗੱਬੇ ਵੀ ਜਿੱਥੇ ਥਾਰ ਖੜੀ ਥਾਰ 'ਤੇ ਥੋੜ੍ਹੀ ਜਿਹਾ ਡਾਇਨਿੰਗ ਆ ਗਿਆ ਇਹ ਵੀ ਠੀਕ ਹੈ ਵੈਸੇ ਲੱਗਿਆ ਮੈਨੂੰ ਤੇਰਾ ਮੈਪ ਇਹ ਮੈਂ ਕਿਹਾ ਤੁਸੀਂ ਭੇਜਿਓ ਇੱਦਾਂ ਚੌਰਸ ਚੌਰਸ ਸਾਡਾ ਬਣਿਆ ਹੋਇਆ ਇਹ ਪੌੜੀ ਕਿੱਧਰ ਬਣੇਗੀ ਫਿਰ ਇੱਧਰ ਹਾਂ ਕਿੱਥੇ ਬਾਹਰ ਨੂੰ ਅੱਛਾ ਜਾਂ ਜਿੱਥੇ ਆਪਣਾ ਸਟੋਰ ਰੂਮ ਆ ਪਿੱਛੇ ਹੋਰ ਚੜ੍ਹਾ ਲਏ ਇੱਥੇ ਬਸ ਸਟੋਰ ਰੂਮ ਬਣ ਗਿਆ ਅੱਛਾ ਇੱਥੇ ਇੱਥੇ ਨਹੀਂ ਬਣ ਸਕਦੀ ਆ ਅੰਦਰ ਦੇ ਵੀ ਚੜ੍ਹ ਸਕਦੀ ਆ ਵੈਸੇ ਕਾਫੀ ਜਗ੍ਹਾ ਹੋ ਜਾਂਦੀ ਇੱਥੇ ਚੜ੍ਹਾ ਲਈ ਪਿੱਛੇ ਹਾਂ ਜਿਹੜਾ ਹਾਂ ਦੇਖਾਂ ਜਿਹੜਾ ਦੂਜੀ ਦੇ ਕਿਹੜਾ ਦਾ ਉਹ ਆਹ ਡਿਜ਼ਾਇਨ ਆਹ ਡਿਜ਼ਾਇਨ ਵੀ ਘੈਂਟ ਹੈ ਯਾਰ ਕਿੰਨਾ ਸੋਹਣਾ ਬਣਾਇਆ ਹੋਇਆ ਕਿਸੇ ਨੇ ਲੱਗੇ ਹੋਏ ਆ ਤੁਸੀਂ ਜ਼ਰੂਰ ਦੱਸ ਦਿਓ ਤੁਹਾਡੇ ਕੋਲ ਕੋਈ ਡਿਜ਼ਾਇਨ ਹੋਵੇ ਹੁਣ ਤੁਹਾਨੂੰ ਸਾਰੀ ਜਗ੍ਹਾ ਸਮਝਾ ਤੀ ਇੱਧਰ ਨੂੰ ਸਿੱਧਾ ਚੌਰਸ ਚੌਰਸ ਹੀ ਆਪਣਾ ਇੱਧਰ ਤੋਂ ਲੈ ਕੇ ਇੱਧਰ ਤੱਕ ਨੂੰ ਹੁਣ ਮੈਂ ਅੱਜ ਸ਼ਾਮ ਨੂੰ ਇੱਕ ਮਿਸਤਰੀ ਬੁਲਾਇਆ
ਉਹ ਮੇਰੇ ਸਕੇਅਰ ਫੁੱਟ ਕੱਢੂਗਾ ਵੀ ਕਿੰਨੀ ਸਕੇਅਰ ਫੁੱਟ ਏਰੀਆ ਬਣਦਾ। ਮਿਸਤਰੀ ਨਾਲ ਮੇਰੀ ਗੱਲਬਾਤ ਹੋਈ, ਉਹ ਕਹਿੰਦਾ ਜਿੰਨੀ ਛੱਤ ਉੱਪਰ ਪੈਂਦੀ ਨਾ ਉਹ 150 ਰੁਪਏ ਸਕੇਅਰ ਫੁੱਟ ਮੰਗ ਰਿਹਾ। ਉਹ ਜਿੱਦਾਂ ਪਹਿਲਾਂ ਸਰ ਨਾ ਉਹ ਢਾਉਣ ਦਾ ਇਹਨੂੰ ਮੰਗ ਰਿਹਾ 80,000। ਹੁਣ ਆਪਾਂ ਓਲੰਪਿਕ ਦੇਖੀਏ, ਕੁੜੀ ਸਾਡੀ ਹਾਰ ਚੱਲੀ, ਹਾਰ ਗਈ ਹੈਗੀ ਹਾਲੇ ਹਰੀ ਹਾਲੇ ਹਰੀ ਹੈ ਹਰੀ ਹਾਲੇ ਹਰੀ ਹੈ। ਫਿਰ ਸਲਾਹ ਬਦਲ ਗਈ, ਕਹਿੰਦੇ ਹੁਣ ਮੂਹਰ ਲਾ ਬਿਠਾ ਲੈਣਾ, ਆਹੀ ਕਮਰਾ ਰੱਖਣਾ। ਉਹ ਜਿਹੜਾ ਪਿੱਛੇ ਉੱਧਰ ਸਾਡੇ ਪਿਛਲੇ 'ਚ ਪੇਟੀਆਂ ਪਈਆਂ ਉਹ ਰੱਖ ਲੈਂਦੇ, ਕਹਿੰਦੇ ਪਿੱਛੇ ਬਾਥਰੂਮ ਉਹ ਰੱਖ ਲੈਂਦੇ, ਮੂਹਰੇ ਕਮਰਾ ਹਾਂ ਇਹਦੀ ਕਹਿੰਦੇ ਰਸੋਈ ਬਣਾ ਲੈ ਕੇ ਕਿਤੇ ਬਾਹਰ ਵੀ ਉਹਦੇ ਨਾਲ ਅਲੱਗ, ਇੱਧਰ ਇੱਕ ਛੋਟੀ ਜਿਹੀ ਰਿਹਾਇਸ਼ ਇੱਧਰ ਬਣ ਜੂਗੀ। ਫਿਰ ਮੈਂ ਸਰ ਵੀ ਆ ਜਿੰਨੀ ਵੀ ਸਾਰੀ ਜਿੰਨੀ ਵੀ ਆ ਰਸੋਈ ਆ ਸਿਰੇ ਤੱਕ ਨੂੰ ਢਾਹ ਕੇ ਇੱਧਰ ਨੂੰ ਆ ਪੂਰਾ ਇੱਧਰ ਨੂੰ ਵਿਹੜਾ ਬਣ ਜੂ ਸਿਰੇ ਤੱਕ ਨੂੰ। ਯਾਰ ਮਿਸਤਰੀ ਨੇ ਆਉਣਾ ਤਾਂ ਉਹਨੇ ਸਕੇਅਰ ਫੁੱਟ ਕੱਢਣੇ ਤੇ ਇਹ ਤਾਂ ਸਿੰਗਲ ਪੜਦੀ ਕੰਧ ਹੈ। ਚਲੋ ਦੇਖਦੇ ਬਾਕੀ ਹੁਣ ਹਾਲੇ ਹੌਲੀ 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 ਬਦਲਣੀਆਂ ਬਰੂਦ ਪੱਕ ਗਿਆ ਫਿਰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਇਹਨੂੰ, ਟਾਣਾ ਵੱਢਿਆ ਤਾਂ ਬਚਾਵਾਂਗੇ, ਜੇ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਆਪਣੇ ਤਾਂ ਹੀ ਮੈਪ ਇੱਕ ਮਿੰਟ ਕਿੰਨੇ ਵਜੇ ਕਿੰਨੇ ਦਾ ਉਹ ਕਿੰਨੇ ਵਜੇ ਕਿੰਨੇ ਸਕੇਅਰ ਫੁੱਟ ਦਾ ਉਹ ਫੁੱਟ ਹੈ ਤੇ ਇੱਧਰ ਨੂੰ ਵੀ ਜਿਵੇਂ ਦੇਖਾਂ 30-30 ਫੁੱਟ ਹੈ। 30 × 30 ਕਰਤਾ, 30 × 30 900 ਫੁੱਟ ਏਰੀਆ ਬਣਦਾ, ਸਕੇਅਰ ਫੁੱਟ 'ਚ ਬਣਦਾ। ਉਹਦਾ ਤੇਰੇ ਮੈਪ ਦੇ ਵਿੱਚ ਆ ਰਿਹਾ ਕਿੰਨਾ ਆ ਰਿਹਾ ਤਾਂ ਉਹ ਆ ਰਿਹਾ ਤੇਰਾ 1200 300 ਫੁੱਟ ਏਰੀਆ ਘੱਟ ਹੈ। ਲੰਬੇ ਲੋਟ ਦੀ ਜ਼ਿਆਦਾ ਚਾਹੀਦਾ ਨਾ, ਇਹ ਲੋਟ ਨੂੰ ਜ਼ਿਆਦਾ ਚਾਹੀਦਾ। ਹਾਂ ਆ 5 ਪੈਣੇ ਚਾਹੀਦੇ, 4 ਪੈ ਗਏ ਇੱਥੇ ਤੱਕ, ਬਾਬਾ ਠੀਕ ਹੈ ਫਿਰ ਤਾਂ ਹੋ ਜਾਣਾ ਪੂਰਾ। ਹਾਂ ਐਨ ਪੂਰਾ ਹੋ ਜਾਣਾ, ਸਹੀ ਹੋ ਜਾਣਾ ਵੀ ਜੇ ਆਪਾਂ ਢਾਲ ਲੈਂਦੇ ਪੂਰਾ ਐਨ ਪੂਰਾ ਤੇਰੇ ਹੈ ਹਿਸਾਬ ਨਾਲ ਬਣ ਜਾਂਦਾ। ਮੈਂ ਜਿਹਦਾ ਤੇਰਾ ਮੈਪ ਹੈ ਪਿੱਛੇ ਜਗ੍ਹਾ ਵੀ ਛੱਡ, ਹਾਂ ਹਾਂ ਪਿੱਛੇ ਵੀ ਛੱਡ ਹੋ ਜਾਣੀ, ਇੱਧਰ ਨੂੰ ਮੈਨੂੰ ਤਾਂ ਮੈਂ ਕਹਾ ਇੱਧਰ ਨੂੰ ਦੇਖਦਾ ਇੱਧਰ ਨੂੰ ਮਿਣਤਾ, ਨਾ 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 ਇਹਦੀ ਸਿਹਤ ਇੱਥੇ ਜਿਹੇ ਤਰ੍ਹਾਂ ਇੰਨੀ ਗੱਲ ਨਹੀਂ ਛੱਡਾਂਗੇ ਇੱਥੇ।
ਪੰਜ ਪੈਂਦੇ ਉੱਥੇ ਤੱਕ, ਦੋ ਤਿੰਨ ਚਾਰ ਹਜ਼ਾਰ ਹਜ਼ਾਰ ਫੁੱਟ ਆ ਗਿਆ ਦੋਨੋਂ ਸਾਈਡ ਨੂੰ। ਠੀਕ ਆ, ਮੈਂ ਬੰਦੇ ਨੂੰ ਭੇਜਦਾ ਇੱਕ ਨੂੰ, ਮੈਂ ਉਹ ਕੀ ਕਹਿੰਦਾ ਛੇ ਫੁੱਟ ਮਿਲਿਆ ਤਾਂ, ਮੈਂ ਤਾਂ ਆਪਣੇ ਤੱਕ ਜੀ ਨਾਲ ਮਿਲਿਆ ਤਾਂ ਹਲੇ ਪੂਰਾ ਪੰਜ ਫੁੱਟ ਆ ਹੋਣਾ, ਪੂਰਾ ਪੰਜ ਫੁੱਟ ਛੇ ਫੁੱਟ ਨਾ ਨਾ ਪੰਜ ਕਿੰਨੇ ਸੱਠ ਪੈਂਦੇ ਇਹ, ਇਹ ਸੱਠ ਹੋ ਗਏ, ਪੰਜ ਫੁੱਟ ਹੋ ਗਿਆ ਇਹ, ਡੰਡਾ ਇਹ ਚੌੜ ਸਹਿਨਪੁਰੀ ਐਨ ਪੂਰੀ ਚੌੜ ਜਗ੍ਹਾ ਵਧੀਆ ਬਣ ਜਾਗਾ ਨਾ। ਦੁਬਾਰਾ ਫਿਰ ਮਿਲਣ ਲੱਗਿਆ ਥੋੜ੍ਹੀ ਸ਼ੰਕਾ ਕੱਢਦੀ, ਦੋ ਹੋ ਗਏ ਨਾ ਤਿੰਨ ਉਹ ਤੱਕ ਮੈਂ ਕਹਿੰਦੀ ਸਿੱਧ ਨੂੰ ਆ ਜਾਂਦੇ ਇੱਥੇ ਤੱਕ ਪੰਜ, ਕਹਿੰਦੀ ਪੰਜ ਆ ਜਾਂਦੇ ਆ ਇਹ ਤੇਰੇ ਪੰਜ ਪੈ ਗਏ ਪੂਰੇ ਤੀਹ ਹੋ ਗਏ, ਤੀਹ ਦੇ ਵਿੱਚ ਤੇਰੇ ਪੰਜ ਢਾਈ ਫੁੱਟ ਹੋਰ ਲਾ ਲਾ ਵਿੱਚ, ਢਾਈ ਫੁੱਟ ਤੇਰਾ ਸਾਢੇ ਬੱਤੀ, ਸਾਢੇ ਬੱਤੀ ਫੁੱਟ ਏਰੀਆ ਬਣ ਜਾਂਦਾ ਇੱਧਰ ਨੂੰ, ਬੱਤੀ ਸਾਢੇ ਬੱਤੀ ਫੁੱਟ ਏਰੀਆ ਇੱਧਰ ਨੂੰ ਬਣ ਜਾਂਦਾ। ਹਾਂ 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 ਇਹ ਕੰਮ ਤਾਂ ਹੁੰਦੇ ਰਹਿਣੇ ਆ। ਅਤੇ ਆਪਾਂ ਚੱਲੀਏ ਆਪਣਾ ਗਰਾਊਂਡ, ਸੁੱਖਾ ਮਿਸਤਰੀ ਨੇ ਫੋਨ ਨਹੀਂ ਚੱਕਿਆ, ਇੱਕ ਹੋਰ ਮਿਸਤਰੀ ਕਾਪੀ ਬਿੱਲ ਵੀ ਲੈ ਲਓ ਨਾਲ, ਉਹਨੂੰ ਮੈਂ ਨਾ ਮੈਪ ਪਰ ਬੈਠ ਕੇ ਸਮਝਾਉਂਗਾ ਵੀ ਇੱਦਾਂ ਦਾ ਮੈਂ ਚਾਹੁੰਦਾ, ਮੈਂ ਕਿਹਾ ਇੱਕ ਪਿੰਡ ਦੇ ਉਹ ਮੈਚ ਉਹ ਜਿਹੜਾ ਉਹ ਮੁੰਡਾ ਖੜਾ ਨਾ ਉਹਦਾ ਡੈਡੀ ਮਿਸਤਰੀ ਆ, ਮੈਨੂੰ ਰਸਤੇ 'ਚ ਮਿਲਿਆ, ਮੈਂ ਗਰਾਊਂਡ 'ਚ ਨੂੰ ਆਇਆ ਆਇਆ ਨਹੀਂ ਚੀਜ਼ ਕਾਪੀ ਪਹਿਲੇ ਚੱਕ ਸਟੇਅਰ ਫੁੱਟੇ ਜੀ ਕੱਢ, ਕਿਆ ਹਿਸਾਬ ਤੋਂ ਮੈਂ ਤੁਹਾਨੂੰ ਦੱਸਦਾ ਦੋ ਤਿੰਨ ਬੰਦੇ ਹੋਰ ਵੀ ਆ ਲੈ, ਹਲੇ ਤੈਨੂੰ ਪਹਿਲਾਂ ਤੂੰ ਪੁਰਾਣਾ ਬੰਦਾ ਰੁਕਦੀ ਆ ਕਿ ਮੋਟਰ 'ਤੇ ਇੱਕ ਬੰਦਾ ਮੈਂ ਦਿਖਾ ਨਹੀਂ ਸਕਦਾ, ਇੱਕ ਬੰਦਾ ਹੀ ਦਿਖਾ ਸਕਦਾ। ਮੱਛਰ ਬਹੁਤ ਹੋ ਗਿਆ ਯਾਰ।